ਬੜੀ ਤ੍ਰਾਸਦੀ ਆ ਸਾਡੇ ਦੇਸ਼ ਦੀ ਵੀ ਜਿਹੜਾ ਦੇਸ਼ ਨੂੰ ਅੰਨਦਾਤਾ ਕਿਹਾ ਜਾਂਦਾ, ਜਿਹੜਾ ਅੰਨਦਾਤਾ ਸਾਰੇ ਦੇਸ਼ ਦਾ ਢਿੱਡ ਭਰਦਾ ਹੈਗਾ, ਉਹਨੂੰ ਮਤਲਬ ਉਹਦੇ 'ਤੇ ਪਰਚੇ ਪਾਏ ਜਾ ਰਹੇ ਨੇ, ਉਹਨੂੰ ਪਰਚੇ ਕਾਹਤੇ ਪਾਏ ਨੇ, ਇਨਾਮ ਦਿੱਤਾ ਜਾ ਰਿਹਾ ਇਹ ਪਰਚਿਆਂ ਦਾ ਵੀ ਤੁਸੀਂ ਇੱਥੇ ਫਸਲ ਦੇ ਸਟੋਰਾਂ ਦੇ ਸਟੋਰ ਭਰਤੇ ਫਸਲ ਬੀਜ ਬੀਜ ਕੇ, ਤੁਸੀਂ ਹੱਡ ਗੋਡੇ ਵਿੰਗੇ ਕਰਾ ਲਏ, ਤੁਸੀਂ ਆਪਦੇ ਸਾਰਾ ਮਤਲਬ ਜ਼ਮੀਨ ਕਰਜ਼ੇ 'ਚ ਦੱਬਤੀ ਆਪਦੀ, ਵੀ ਤੁਸੀਂ ਇਹ ਜ਼ਮੀਨ ਨੂੰ ਪੱਧਰ ਕਰਨ ਵਾਸਤੇ ਅਤੇ ਅਨਾਜ ਪੈਦਾ ਕਰਨ ਵਾਸਤੇ। ਪੰਜਾਬ ਦੇ ਵਿੱਚ ਇੱਕ ਪਾਸੇ ਕਿਸਾਨ ਹੈ ਜਿਹੜਾ ਉਹ ਮੰਡੀਆਂ ਦੇ ਵਿੱਚ ਰੁੜ ਰਿਹਾ, ਬੇਵਸੀ ਦੇ ਕਾਰਨ ਤਕਰੀਬਨ 25-25 ਦਿਨ ਮੰਡੀਆਂ ਦੇ ਵਿੱਚ ਉਹਨੂੰ ਹੋ ਚੁੱਕੇ ਨੇ, ਕਣਕ ਜੇ ਬੋਰੀਆਂ ਦੇ ਅੰਬਾਰ ਨੇ ਜਿਹੜੇ ਮੰਡੀਆਂ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਲਿਫਟਿੰਗ ਹੈ ਜਿਹੜੀ ਉਹ ਨਹੀਂ ਹੋ ਸਕੀ। ਪਰ ਦੂਜੇ ਪਾਸੇ ਜਿਹੜਾ ਇੱਕ ਵੱਡਾ ਮਸਲਾ ਪ੍ਰਦੂਸ਼ਣ ਦਾ, ਜਿਹੜਾ ਪ੍ਰਦੂਸ਼ਣ ਵਿਭਾਗ ਹੈ ਉਹਦੇ ਵੱਲੋਂ ਬੜੀ ਸਖਤਾਈ ਕੀਤੀ ਗਈ ਹੈ ਕਿਸਾਨਾਂ ਦੇ ਉੱਤੇ, ਜਿਹੜਾ ਵੀ ਕਿਸਾਨ ਆਪਣੇ ਖੇਤਾਂ ਦੇ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਂਦਾ, ਉਸ 'ਤੇ ਪਰਚੇ ਕੀਤੇ ਜਾ ਰਹੇ ਨੇ, ਰੈੱਡ ਐਂਟਰੀਆਂ ਚੜ੍ਹਾਈਆਂ ਜਾ ਰਹੀਆਂ ਨੇ, ਅਤੇ ਉਹਨਾਂ 'ਤੇ ਜਿਹੜਾ ਮੌਕੇ 'ਤੇ ਆ ਕੇ ਫਾਇਰ ਗੇਟ ਦੀਆਂ ਗੱਡੀਆਂ ਲਿਆ ਕੇ ਅੱਗ ਬੁਝਾਈ ਜਾਂਦੀ ਹੈ। ਪਰ ਅੱਜ ਤਸਵੀਰਾਂ ਤੁਹਾਨੂੰ ਅਸੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਦੀਆਂ ਦਿਖਾਉਣ ਲੱਗੇ ਹਾਂ, ਤੁਸੀਂ ਦੇਖੋਗੇ ਕਿਸਾਨ ਨੇ ਜਿਹੜੇ ਰਸਤੇ ਦੇ ਵਿੱਚ ਬੈਠੇ ਹੋਏ ਨੇ, ਇਹ ਤਸਵੀਰਾਂ ਘਰਾਚੋਂ ਪਿੰਡ ਦੀਆਂ ਤੁਹਾਨੂੰ ਦਿਖਾ ਰਿਹਾ, ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਿਹੜਾ ਘਿਰਾਓ ਕੀਤਾ ਹੋਇਆ, ਕਿਉਂਕਿ ਡੀ ਐੱਸ ਪੀ ਭਵਾਨੀਗੜ੍ਹ, DSP SDM ਭਵਾਨੀਗੜ੍ਹ ਅਤੇ ADC ਸੰਗਰੂਰ ਇੱਥੇ ਪਹੁੰਚੇ ਹੋਏ ਨੇ। ਦੂਜੇ ਪਾਸੇ ਤੁਹਾਨੂੰ ਮੁਲਾਜ਼ਮਾਂ ਦੀਆਂ ਗੱਡੀਆਂ ਦਾ ਦ੍ਰਿਸ਼ ਜ਼ਰੂਰ ਦਿਖਾਵਾਂਗੇ, ਅਤੇ ਜਿਹੜਾ ਦ੍ਰਿਸ਼ ਹੈ ਪਿੱਛੇ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ਰੂਰ ਦਿਖਾਇਆ ਜਾਵੇ ਕਿ ਫਾਇਰ ਗ੍ਰੇਡ ਦੀ ਜਿਹੜੀ ਗੱਡੀ ਹੈ ਉਹ ਇੱਥੇ ਆਈ ਹੋਈ ਹੈ, ਅਤੇ ਲਾਈਨ ਦੇ ਵਿੱਚ ਸਾਰੀਆਂ ਗੱਡੀਆਂ ਉੱਚ ਅਧਿਕਾਰੀਆਂ ਦੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ। ਪਰ ਪਿੱਛੇ ਧੂੰਆਂ ਵੀ ਜਿਹੜਾ ਤੁਹਾਨੂੰ ਦਿਖਾਉਂਦੇ ਹਾਂ ਤਸਵੀਰਾਂ, ਕਿਉਂਕਿ ਜਿਹੜੇ ਕਿਸਾਨ ਨੇ ਫਸਲ ਬੀਜਣ ਦੇ ਲਈ ਆਪਣੇ ਖੇਤ ਖਾਲੀ ਕਰ ਰਹੇ ਨੇ, ਕਿਉਂਕਿ ਟਾਈਮ ਜਿਹੜਾ ਲੇਟ ਹੋ ਚੁੱਕਿਆ ਹੈ, ਕਿਉਂਕਿ ਫਸਲ ਦਾ ਜਿਹੜਾ ਟਾਈਮ ਹੈ ਉਹ ਕੁਝ ਦਿਨਾਂ ਦਾ ਹੁੰਦਾ ਹੈ, ਕਿਉਂਕਿ ਜਿਹੜੇ ਕਣਕ ਦੀ ਫਸਲ ਨੂੰ ਬਿਜਾਈ ਦੇ ਲਈ DAP ਖਾਦ ਹੈ ਉਹਦੀ ਵੀ ਕਿੱਲਤ ਕਿਸਾਨਾਂ ਨੂੰ ਆ ਰਹੀ ਹੈ। ਅਸੀਂ ਗੱਲ ਕਰਦੇ ਹਾਂ ਹਰਜੀਤ, ਲਗਾਤਾਰ ਪੰਜਾਬ ਦੇ ਵਿੱਚ ਪ੍ਰਸ਼ਾਸਨ ਅਧਿਕਾਰੀਆਂ ਦੇ ਜਦੋਂ ਕਿਸਾਨ ਅੱਗ ਲਾਉਂਦਾ ਤਾਂ ਗੱਡੀਆਂ ਪਹੁੰਚ ਜਾਂਦੀਆਂ ਨੇ ਫਾਇਰ ਗੇਟ ਦੀਆਂ, ਅਤੇ ਪੂਰਾ ਅਮਲਾ ਫੈਲਾ ਪਹੁੰਚਦਾ। ਪਰ ਹੁਣ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ, ਕਿਸਾਨ ਨੂੰ ਰਾਹਤ ਕੁਝ ਨਹੀਂ, ਕਿਉਂਕਿ ਮੁਲਾਜ਼ਮਾਂ ਨੂੰ ਵੀ ਜਿਹੜਾ ਸਸਪੈਂਡ ਕੀਤਾ ਜਾਣ ਲੱਗਿਆ। ਬੜੀ ਤ੍ਰਾਸਦੀ ਆ ਸਾਡੇ ਦੇਸ਼ ਦੀ ਵੀ ਜਿਹੜਾ ਦੇਸ਼ ਨੂੰ ਅੰਨਦਾਤਾ ਕਿਹਾ ਜਾਂਦਾ, ਜਿਹੜਾ ਅੰਨਦਾਤਾ ਸਾਰੇ ਦੇਸ਼ ਦਾ ਢਿੱਡ ਭਰਦਾ ਹੈਗਾ, ਉਹਨੂੰ ਮਤਲਬ ਉਹਦੇ 'ਤੇ ਪਰਚੇ ਪਾਏ ਜਾ ਰਹੇ ਨੇ, ਉਹਨੂੰ ਪਰਚੇ ਕਾਹਤੇ ਪਾਏ ਨੇ, ਇਨਾਮ ਦਿੱਤਾ ਜਾ ਰਿਹਾ ਇਹ ਪਰਚਿਆਂ ਦਾ ਵੀ ਤੁਸੀਂ ਇੱਥੇ ਫਸਲ ਦੇ ਸਟੋਰਾਂ ਦੇ ਸਟੋਰ ਭਰਤੇ ਫਸਲ ਬੀਜ ਬੀਜ ਕੇ, ਤੁਸੀਂ ਹੱਡ ਗੋਡੇ ਵਿੰਗੇ ਕਰਾ ਲਏ, ਤੁਸੀਂ ਆਪਦੇ ਸਾਰਾ ਮਤਲਬ ਜ਼ਮੀਨ ਕਰਜ਼ੇ 'ਚ ਦੱਬਤੀ ਆਪਦੀ, ਵੀ ਤੁਸੀਂ ਇਹ ਜ਼ਮੀਨ ਨੂੰ ਪੱਧਰ ਕਰਨ ਵਾਸਤੇ ਅਤੇ ਅਨਾਜ ਪੈਦਾ ਕਰਨ ਵਾਸਤੇ ਅੱਜ ਸਾਡੇ 'ਤੇ ਪਰਚੇ ਪਾਏ ਜਾ ਰਹੇ ਨੇ। ਇਹ ਜੀਰੀ ਦੀ ਭਲਾ ਕੌਣ ਲੈ ਗਿਆ ਜੀਰੀ? ਇਹ ਜੀਰੀ ਕਿਸੇ ਕਿਸਾਨ ਦੇ ਘਰੇ ਹੋਈ ਹੈ, ਕਿਸੇ ਮਜ਼ਦੂਰ ਨੇ ਘਰੇ ਹੋਈ ਹੈ? ਇਹ ਜੀਰੀ ਦੀ ਫਸਲ ਆ, ਇਹ ਕਾਰਪੋਰੇਟ ਇਹ ਹਾਕਮ ਆਪ ਲੈ ਕੇ ਆਏ ਨੇ, ਅੱਜ ਉਸੇ ਜੀਰੀ ਵਾਸਤੇ ਸਾਡੇ 'ਤੇ ਪਰਚੇ ਪਾ ਰਹੇ ਨੇ। ਅਸੀਂ ਇੱਥੇ ਜੀਰੀ ਨਹੀਂ ਬੀਜਣਾ ਚਾਹੁੰਦੇ, ਅਸੀਂ ਇੱਥੇ ਮੱਕੀ ਬੀਜੀ, ਸਾਡੀ ਮੱਕੀ ਡੋਡੇ ਮਾਰੇ, ਅਸੀਂ ਗੰਨਾ ਬੀਜਿਆ ਇੱਥੋਂ ਫੈਕਟਰੀ ਪੱਟ ਕੇ ਲੈ ਗਏ ਧੂਰੀ ਦੇ ਵਿੱਚੋਂ, ਅਸੀਂ ਇੱਥੇ ਆਲੂ ਬੀਜਦੇ ਹਾਂ, ਸਾਡੇ ਆਲੂ ਨਹੀਂ ਖਰੀਦਦਾ ਕੋਈ, ਅਸੀਂ ਸਬਜ਼ੀਆਂ ਬੀਜਦੇ ਹਾਂ, ਸਬਜ਼ੀ ਨਹੀਂ ਖਰੀਦਦਾ ਕੋਈ, ਫਿਰ ਅਸੀਂ ਕੀ ਬੀਜੀਏ? ਅਸੀਂ ਦੱਸੋ ਤਾਂ ਅਸੀਂ ਕਿਹੜੇ ਖੂਹ ਖਾਤੇ 'ਚ ਡਿੱਗੇ ਜਾ ਕੇ? ਸਾਡੀ ਮਜਬੂਰੀ ਹੈ। ਅੱਜ ਪ੍ਰਸ਼ਾਸਨ ਆਏਗਾ ਵੱਡੀ ਗਿਣਤੀ 'ਚ, ਜਿਹੜਾ ਤਹਿਸੀਲ SDM ਸਾਹਿਬ ਆਏ ਨੇਗੇ, ਹੋਰ ਅਮਲਾ ਫੈਲਾਇਆ ਪੂਰੇ ਸੰਗਰੂਰ ਦਾ। ਜਦੋਂ ਸਾਡੀ ਕਣਕ ਨੂੰ ਖੜੀ ਨੂੰ ਅੱਗ ਲੱਗਦੀ ਹੈ ਉਦੋਂ ਕੋਈ ਨਹੀਂ ਆਉਂਦਾ ਹੈਗਾ, ਉਦੋਂ ਕੋਈ ਨਹੀਂ ਪੁੱਛਦਾ ਸਾਡੀ, ਉਦੋਂ ਸੈਟਾਲਾਈਟ ਬੰਦ ਹੋ ਕੀਤੇ, ਉਦੋਂ ਸੈਟਾਲਾਈਟ ਕੋਈ ਨਹੀਂ ਦਿਖਦੀ ਹੈਗੀ। ਇਸ ਕਰਕੇ ਵੱਡੀ ਦਿੱਕਤ ਹੈ, ਇਹ ਸੈਟਾਲਾਈਟਾਂ ਦੀ ਕੋਈ, ਸਾਡੀ ਜਿਹੜੀ ਧੂੰਏ ਧਾਣੇ ਦੀ ਕੋਈ ਦਿੱਕਤ ਨਹੀਂ ਹੈਗੀ। ਇਹ ਦਿੱਕਤ ਪਤਾ ਕੀ ਹੈ? ਦਿੱਕਤ ਸਾਨੂੰ ਇਹ ਜ਼ਮੀਨ 'ਚੋਂ ਬਾਹਰ ਕੱਢਣਾ ਚਾਹੁੰਦੇ ਨੇ, ਸਾਨੂੰ ਸਤਾ ਕੇ, ਸਾਨੂੰ ਕੁੱਟ ਕੇ, ਇਹ ਸਾਨੂੰ ਪੜਦੇ ਪਰਚੇ ਪਾ ਕੇ, ਸਾਨੂੰ ਜੇਲ੍ਹਾਂ 'ਚ ਬੰਦ ਕਰਕੇ ਇਹ ਕਹਿੰਦੇ ਜ਼ਮੀਨ 'ਚੋਂ ਬਾਹਰ ਕੱਢਣਾ ਹੈਗਾ। ਪਰ ਇਹ ਪੰਜਾਬ ਦੇ ਲੋਕ ਨੇ, ਇਹ ਕਦੇ ਵੀ ਹਾਰ ਨਹੀਂ ਮੰਨਣਗੇ, ਮਰ ਜਾਂਗੇ, ਜ਼ਮੀਨ 'ਚੋਂ ਬਾਹਰ ਨਹੀਂ ਜਾਵਾਂਗੇ। ਇਸ ਕਰਕੇ ਇਹ ਜਿਹੜਾ ਇਸ ਤਰੀਕੇ ਨਾਲ ਸਾਨੂੰ ਡਰਾ ਕੇ ਤੁਸੀਂ ਜ਼ਮੀਨਾਂ 'ਚੋਂ ਬਾਹਰ ਕੱਢ ਦਿਓ, ਐਂ ਕਿਵੇਂ ਕੱਢ ਦੋਗੇ ਬਾਹਰ? ਤੁਸੀਂ ਸਾਡੀਆਂ ਫਸਲਾਂ ਖਰੀਦੋ, ਸਾਨੂੰ ਕਹੋ, ਆਹ SDM ਸਾਹਿਬ ਖੜ੍ਹੇ ਨੇਗੇ।